ਤੁਸੀਂ ਵੇਖ ਰਹੇ ਹੋ ਦਾ ਸਿਟੀ ਹੈਡਲਾਈਨਸ ਤੇ ਮੈਂ ਹਾਂ ਤੁਹਾਡੇ ਨਾਲ ਕਲਪਨਾ ਮੌਰਿਆ। ਅੱਜ ਅਸੀਂ ਇੱਕ ਵਾਰੀ ਫੇਰ ਪਹੁੰਚ ਚੁੱਕੇ ਹਾਂ ਬ੍ਰਾਂਡ ਕਿਟ ਟੂ ਕਿਟ ਬਾਈ ਖੁਰਾਨਾ ਗਿਫਟ ਸੈਂਟਰ ਜੋ ਕਿ ਸ਼ਾਮ ਨਗਰ ਗਲੀ ਨੰਬਰ 1 ਦੇ ਵਿੱਚ ਮੌਜੂਦ ਹੈ। ਤੇ ਜੀ ਹਾਂ, ਕਿਉਂਕਿ ਫੈਸਟਿਵ ਸੀਜ਼ਨ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਫੈਸਟਿਵ ਸੀਜ਼ਨ ਦੇ ਸ਼ੁਰੂ ਹੋਣ ਦੇ ਨਾਲ ਹੀ ਕੀ ਕੁਝ ਚੀਜ਼ਾਂ ਇਹਨਾਂ ਦੀ ਕਲੈਕਸ਼ਨ ਦੇ ਵਿੱਚ ਐਡ ਹੋਈਆਂ ਨੇ ਉਹ ਅੱਜ ਅਸੀਂ ਗੱਲਬਾਤ ਵੀ ਕਰਾਂਗੇ। ਤੇ ਆਓ ਤੁਹਾਨੂੰ ਵੀ ਦਿਖਾਉਂਦੇ ਹਾਂ ਕਿ ਕੁਝ ਚੀਜ਼ਾਂ ਕਲੈਕਸ਼ਨ ਦੇ ਵਿੱਚ ਐਡ ਹੋਈਆਂ ਨੇ, ਕੀ ਕੁਝ ਖਾਸੀਅਤ ਹੈ ਤੇ ਉਸ ਤੋਂ ਇਲਾਵਾ ਫੈਸਟਿਵ ਸੀਜ਼ਨ ਨੂੰ ਲੈ ਕੇ ਫਿਰ ਚਾਹੇ ਗੱਲ ਹੋਵੇ ਦੀਵਾਲੀ ਤੇ ਬਾਕੀ ਤਿਉਹਾਰਾਂ ਨੂੰ ਲੈ ਕੇ ਕੀ ਕੁਝ ਵੈਰਾਈਟੀ ਜਿਹੜੀ ਹੈ ਇੱਥੇ ਹੋਰ ਐਡ ਆਨ ਹੋਈ ਹੈ। ਤੇ ਆਓ ਅਸੀਂ ਗੱਲਬਾਤ ਕਰਦੇ ਹਾਂ ਤੇ ਤੁਹਾਨੂੰ ਵੀ ਦਿਖਾਉਂਦੇ ਹਾਂ। ਬਿਲਕੁਲ, ਇਸ ਟਾਈਮ ਸਾਡੇ ਨਾਲ ਮੌਜੂਦ ਨੇ ਬ੍ਰਾਂਡ ਕਿਟ ਟੂ ਕਿਟ ਬਾਈ ਖੁਰਾਨਾ ਗਿਫਟ ਸੈਂਟਰ ਦੇ ਐਮਡੀ ਕਵਰਦੀਪ ਸਿੰਘ ਖੁਰਾਨਾ ਜੀ। ਤੇ ਅਸੀਂ ਉਹਨਾਂ ਦੇ ਨਾਲ ਹੀ ਗੱਲਬਾਤ ਕਰ ਲੈਨੇ ਸਰ। ਫੈਸਟਿਵ ਸੀਜ਼ਨ ਦੀ ਸ਼ੁਰੂਆਤ ਹੋ ਚੁੱਕੀ ਹੈ, ਦੀਵਾਲੀ ਕਾਫੀ ਨਜ਼ਦੀਕ ਹੈ ਤੇ ਕੀ ਕੁਝ ਕਲੈਕਸ਼ਨ ਜਿਹੜੀ ਹੈ ਇੱਥੇ ਐਡ ਹੋਈਆਂ ਨੇ? ਤੇ ਮੈਂ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਬੋਲਣਾ ਚਾਹੁੰਦਾ ਆਪਣੇ ਸਾਰੇ ਫੈਮਿਲੀਜ਼ ਨੂੰ, ਬੱਚਿਆਂ ਵਾਲੇ ਨੂੰ, ਪਰਿਵਾਰਾਂ ਨੂੰ, ਭੈਣਾਂ ਨੂੰ, ਮੇਰੇ ਆਪਣੀ। ਤੇ ਸਾਡਾ ਇੱਕ ਬ੍ਰਾਂਡ ਕਿਟ ਟੂ ਕਿਟ ਦਾ ਨਾਮ ਦਾ ਬਹੁਤ ਅੱਛਾ ਇੱਕ ਸਟੋਰ ਖੁੱਲ ਚੁੱਕਾ ਹੈ ਤੇ ਲੋਟਸ ਆਫ ਵੈਰਾਈਟੀ ਮਿਲ ਸਕਦੀ ਹੈ। ਸਪੈਸ਼ਲੀ ਅਸੀਂ ਐਡਰੈਸ ਪਲੇਸ ਸ਼ੇਅਰ ਕਰਦੀ ਹੈ ਇਸ ਇਹਦਾ ਏਰੀਆ ਸ਼ਾਮ ਨਗਰ ਗਲੀ ਨੰਬਰ 1 ਦੇ ਅੰਦਰ ਆਉਣਾ ਹੈ, ਨੀਅਰ ਬੱਸ ਸਟੈਂਡ। ਤੇ ਸਪੈਸ਼ਲੀ ਮੇਰਾ ਆਪਣਾ ਨੰਬਰ ਸ਼ੇਅਰ ਕਰ ਦਿੰਦਾ, ਸਾਹਮਣੇ ਕਸਟਮਰ ਕਹਿੰਦਾ ਸੀ ਗੱਲ ਨਹੀਂ ਹੋ ਪਾ ਰਹੀ, ਦੈਟਸ ਮਾਈ ਨੰਬਰ ਇਜ਼ 9876838786। ਇਸ ਨੰਬਰ ਤੇ ਜਾ ਕੇ ਤੁਸੀਂ ਕੀਵਰਡ ਹੈ ਗੁਰੂ, GURU, ਗੁਰੂ ਲਿਖ ਕੇ ਸੈਂਡ ਕਰੋ, ਤੁਹਾਨੂੰ ਕੰਪਨੀ ਦੀ ਕੁਝ ਪ੍ਰੋਡਕਟਸ ਦੀ ਫੋਟੋਜ਼ ਆਉਣਗੀਆਂ। ਸਪੈਸ਼ਲੀ ਅਗਰ ਤੁਸੀਂ ਲੋਕੇਸ਼ਨ ਲਿਖੋ, ਲੋਕੇਸ਼ਨ ਆ ਸਕਦੀ ਹੈ। ਮੈਂ ਸਪੈਸ਼ਲੀ ਇੱਕ ਵੀਡੀਓ ਜਿਹੜੇ ਦੇਖ ਰਹੇ, ਵੀਡੀਓ ਸ਼ੁਰੂਆਤ ਕਰਨ ਲੱਗੇ ਹਾਂ, ਇੰਨੀ ਵੀਡੀਓ ਸਾਡੀ ਪੈ ਚੁੱਕੀ ਵਾਇਰਲ ਹੁੰਦੀ ਹੈ। ਇਸ ਵੀਡੀਓ ਨੂੰ ਤੁਸੀਂ ਲਾਈਕ ਵੀ ਕਰੋ, ਸ਼ੇਅਰ ਕਰੋ, ਸ਼ੇਅਰ ਕਰਦੇ ਸਾਰ ਕਮੈਂਟ ਜਿਹੜਾ ਆਉਂਦਾ ਹੈ ਸਕਰੀਨਸ਼ੋਟ ਲਓ, ਉਹਨੂੰ ਸਾਡੇ ਵੱਲੋਂ ਸਪੈਸ਼ਲੀ ਗਿਫਟ ਮਿਲੇਗਾ। ਅਸੀਂ ਬਿਫੋਰ ਦੀਵਾਲੀ ਕਹਿੰਦੇ ਹਾਂ 10 ਦਿਨ 12 ਦਿਨ ਵਾਲੇ ਪਏ ਨੇ, ਅਤੇ ਸਪੈਸ਼ਲ ਗਿਫਟ ਲੈਣਾ ਚਾਹੁੰਦੇ ਨੇ, ਰਿਟਰਨ ਗਿਫਟ ਲੈਣਾ ਚਾਹੁੰਦੇ ਨੇ, ਅਤੇ ਸਪੈਸ਼ਲੀ ਸਾਡੀ ਮਾਈ ਸੈਲਫ ਕਵਰਦੀਪ ਸਿੰਘ ਖੁਰਾਨਾ, ਤੁਹਾਨੂੰ ਬਹੁਤ ਅੱਛੇ ਗਿਫਟ ਮਿਲ ਸਕਦੇ। ਲਿਆਓ, ਸ਼ੁਰੂਆਤ ਕਰਦੇ ਹਾਂ ਪਿੱਛੇ ਟੋਇਜ਼ ਦੇ ਉੱਤੋਂ, ਜਿਹੜੀ ਗਿਫਟ ਆਈਟਮ ਜਿਹੜੀ ਚੱਲ ਰਹੀ ਹੈ ਪਿੱਛੇ ਦੇ ਨੰਬਰ ਆਫ ਕੁਆਲਿਟੀ ਆਫ ਜਿਹੜੇ ਆਪਾਂ ਕਹਿੰਦੇ ਹਾਂ ਡੰਮੀ ਦੇ ਵਿੱਚ ਇੱਕ ਸੋਫਟ ਟੋਏ ਆਉਂਦੇ ਆ, ਡੋਲਸ ਆਉਂਦੀਆਂ, ਬੋਇਜ਼ ਹੈ, ਸਭ ਤੋਂ ਸਾਡਾ ਸਪੈਸ਼ਲ ਇੱਕ ਮਾਡਲ ਬਣ ਚੁੱਕਾ ਹੈਪੀ ਸਿੰਘ। ਤੁਸੀਂ ਪਿੱਛੇ ਦੇਖ ਰਹੇ ਹੈਪੀ ਸਿੰਘ ਦੀ ਕੁਆਲਿਟੀ ਚੈੱਕ ਕਰੋ, ਕਿੰਨਾ ਸੋਹਣਾ ਔਰ ਬਿਊਟੀਫੁਲ ਪੀਸ ਹੈ, ਔਰ ਐਸੀ ਕੁਆਲਿਟੀ ਇਹਨਾਂ ਨੂੰ ਮਾਰਕੀਟ ਈਜ਼ੀਲੀ ਅਵੇਲੇਬਲ ਨਹੀਂ ਹੈ। ਜੇ ਪ੍ਰਾਈਸਿਸ ਦੀ ਗੱਲ ਕਰੀਏ, ਪ੍ਰਾਈਸਿਸ ਤਾਂ ਦੇਣੇ ਹੈ, ਕੁਆਲਿਟੀ ਵੀ ਹੈ, ਵਰਾਇਟੀ ਵੀ ਹੈ, ਤੁਸੀਂ ਇਹਨਾਂ ਚੀਜ਼ਾਂ ਨੂੰ ਗ੍ਰੈਬ ਕਰ ਸਕਦੇ ਹੋ। ਅਗਰ ਆਪਾਂ ਗੱਲ ਕਰੀਏ ਮਿਊਜ਼ੀਕਲ ਛੋਟਾ ਕਸਮ ਕਹਿੰਦੇ, 50, 100, 200 ਤੱਕ ਦਾ ਗਿਫਟ ਲੈਣਾ ਹੈ, ਤੁਸੀਂ ਕਾਫੀ ਅੱਛੀ ਸਾਡੇ ਕੋਲ ਇੱਕ ਡੋਰੇਮਨ ਕੰਪਨੀ ਦੇ ਰਾਈਡਰਸ ਆ ਚੁੱਕੇ ਨੇ, ਐਸੇ ਐਸੇ ਕਈ ਕੁਛ ਤੁਹਾਨੂੰ ਕੋਲ ਟੋਇਜ਼ ਆ ਚੁੱਕੇ ਜਿਹੜਾ ਤੁਹਾਨੂੰ ਦਿਖਾਉਂਦੇ ਹਾਂ, ਠੀਕ ਹੈ? ਅਤੇ ਦੇਖ ਕੁਲੈਕਸ਼ਨ ਦੇਖ ਸਕਦੇ ਹੋ, ਵਰਾਇਟੀ ਦੇਖ ਸਕਦੇ ਹੋ, ਹਰ ਇੱਕ ਚੀਜ਼ ਸਾਡੇ ਕੋਲ ਅਵੇਲੇਬਲ ਹੈ। ਇੱਕ ਰਾਈਡ ਆਨ ਦੀ ਗੱਲ ਕਰੀਏ, ਵਨ ਆਫ ਦਾ ਬੈਸਟ ਇੱਕ ਬੱਚੇ ਦੀ ਕਾਰ ਆ ਚੁੱਕੀ ਹੈ, ਰੇਸਰਿੰਗ ਕਾਰ ਹੈ, ਬਹੁਤ ਹਾਈ ਕੁਆਲਿਟੀ ਇੰਡੀਅਨ ਪ੍ਰੋਡਕਟ ਹੈ, ਨਾਲੇ ਮਜ਼ਬੂਤ ਵੀ ਹੈ, ਟੁੱਟੇਗੀ ਨਹੀਂ, ਨਾਲ ਫ੍ਰਿਕਸ਼ਨ ਕਾਰ ਇਹਨੂੰ ਆਪਾਂ ਕਹਿੰਦੇ ਹਾਂ। ਜੇ ਤੁਸੀਂ ਟੋਏ ਦੀ ਗੱਲ ਕਰ ਰਹੇ ਹੋ, ਬੱਚੇ ਦਾ ਬਹੁਤ ਅੱਛੇ ਹੈਮਰ ਆ ਚੁੱਕਿਆ, ਹਾਈ ਕੁਆਲਿਟੀ ਦਾ ਟੱਚ ਕਰਦੇ ਆ, ਸਾਰੀ ਵਰਕਿੰਗ ਹੈ, ਨਾਲੇ ਅਨਬ੍ਰੇਕੇਬਲ ਹੈ, ਕੁਆਲਿਟੀ ਬਹੁਤ ਅੱਛੇ ਮਾਡਲ ਆ ਚੁੱਕੇ ਨੇ। ਅਤੇ ਤੁਸੀਂ ਪਿੱਛੇ ਕਲੈਕਸ਼ਨ ਜਿਵੇਂ ਸਾਡੇ ਟੋਇਜ਼ ਦੇਖ ਰਹੇ ਹੋ, ਉੱਦਾਂ ਹੀ ਤੁਹਾਨੂੰ ਕਾਫੀ ਕੁਝ ਅਸੀਂ ਦੁਕਾਨ ਦਿਖਾਵਾਂਗੇ। ਬੱਚੇ ਦੇ ਬਹੁਤ ਅੱਛੇ ਅੱਜ ਕੱਲ੍ਹ ਬੱਚਿਆਂ ਦੇ ਪਿਆਨੋਜ਼ ਆ ਰਹੇ ਨੇ, ਜਿਹਦੀ ਆਪਾਂ ਵਰਾਇਟੀ ਦੀ ਗੱਲ ਕਰੀਏ, ਵਨ ਆਫ ਦਾ ਫਾਈਨੈਸ ਪਿਆਨੋਜ਼ ਆ ਜਾਏ, ਬਿਗ ਫਰੰਟ ਬ੍ਰਾਂਡ ਦੇ ਆ ਗਏ, ਕੁਆਲਿਟੀ ਕਲਰ ਪਿਆਨੋ ਅੱਜ ਕੱਲ੍ਹ ਕਸਟਮਰ ਮੰਗ ਰਿਹਾ, ਬਿਗ ਪੋਕਿਟ ਪਿਆਨੋਸ ਚਾਹੀਦੇ ਨੇ, ਅਤੇ ਇਸ ਚੀਜ਼ ਨੂੰ ਸਕਰੀਨਸ਼ੋਟ ਲੈ ਕੇ ਜਾ ਸਕਦੇ ਹੋ ਵੀ ਸਪੈਸ਼ਲ ਡਿਮਾਂਡਿੰਗ ਆਈਟਮ ਹੈ। ਇਹਦੀ ਕੁਆਂਟਿਟੀ ਦੀ ਗੱਲ ਕਰੀਏ, ਕੁਆਂਟਿਟੀ ਬਹੁਤ ਜ਼ਿਆਦਾ ਅਵੇਲੇਬਲ ਹੈ, ਕੋਈ 10 ਵੀ ਨਹੀਂ ਹੈ, 50 ਨਹੀਂ, ਮੇਨ ਸਾਡਾ ਸਬਜੈਕਟ ਸਾਰਾ ਹੋਲਸੇਲ ਦਾ ਹੈ। ਅਗਰ ਮੈਂ ਗੱਲ ਕਰਾਂ ਪੂਰੇ ਪੰਜਾਬ ਦੀ, ਹਿਮਾਚਲ 2 ਸਟੇਟ ਨੂੰ ਮੈਂ ਲੀਡ ਕਰਦਾ ਹੋਲਸੇਲ ਲਈ, ਕੋਈ ਵੈਂਡਰ ਹੈ, ਕੋਈ ਨਵਾਂ ਵਪਾਰ ਕਰਨਾ ਚਾਹੁੰਦਾ ਹੈ ਜਾਂ ਵਪਾਰ ਕਰ ਰਿਹਾ, ਜਿੱਥੇ ਤੱਕ ਮੇਰੀ ਅਗਰ ਵੀਡੀਓ ਦੀ ਅਗਰ ਆਵਾਜ਼ ਆ ਰਹੀ, ਕਦੇ ਕੋਈ ਦੇਖ ਰਿਹਾ ਵੀਡੀਓ ਨੂੰ, ਇਹਨੂੰ ਮੈਕਸੀਮਮ ਸ਼ੇਅਰ ਤਾਂ ਕਰਨਾ ਹੀ ਕਰਨਾ ਹੈ। ਅਗਰ ਆਪਣਾ ਬਿਜ਼ਨਸ ਨੂੰ ਤੁਸੀਂ ਅਗਰ ਐਕਸਪੈਂਡ ਕਰਨਾ ਚਾਹੁੰਦੇ ਹੋ, ਸਾਡੇ ਕੋਲ ਟੋਇਜ਼ ਵੀ ਹੈ, ਗੇਮਸ ਵੀ ਹੈ, ਗਿਫਟ ਆਈਟਮਸ ਵੀ ਹੈ, ਲੋਟਸ ਆਫ ਵਰਾਇਟੀ ਐਸੀ ਅਸੀਂ ਆ ਚੁੱਕੀਆਂ ਜਿੰਨਾਂ ਤੁਸੀਂ ਅੱਛਾ 1 ਲੱਖ, 2 ਲੱਖ ਤੋਂ 5 ਲੱਖ ਤੱਕ ਲੈ ਕੇ ਬਿਜ਼ਨਸ ਆਪਣਾ ਸ਼ੁਰੂ ਕਰ ਸਕਦੇ ਹੋ। ਅਤੇ ਉਹਦੇ ਨਾਲ ਅਗਰ ਵਰਾਇਟੀ ਦੀ ਗੱਲ ਕਰਦੇ ਰਹੀਏ, ਤਾਂ ਤੁਸੀਂ ਦੇਖ ਰਹੇ ਹੋ ਇੱਕ ਕਸਟਮਰ ਦਾ ਬਹੁਤ ਅੱਛੇ ਤਰੀਕੇ ਨਾਲ ਸਪੈਸ਼ਲ ਜਿਹੜਾ ਅਸੀਂ ਹੋਲਸੇਲ ਕਰਦੇ ਹਾਂ, ਸਾਰਾ ਸਮਾਨ ਸੀਕੁਐਂਸ ਵਾਈਜ਼ ਨਿਕਲ ਚੁੱਕਾ ਹੈ। ਅਗਰ ਵਰਾਇਟੀ ਦੀ ਗੱਲ ਕਰੀਏ, ਵਰਾਇਟੀ ਐਸੀ ਦੀ ਇੱਕ ਲਾਈਨ ਸਰ, ਇਹ ਵੀਡੀਓ ਮੈਂ ਦਿਖਾਉਣ ਦਾ ਇੱਕ ਮੋਟਿਵ ਹੈ ਵੀ ਇੱਕ ਵਰਾਇਟੀ ਲੈਣੀ ਹੈ, ਕੁਆਲਿਟੀ ਲੈਣੀ ਹੈ, ਇੱਕ ਕਸਟਮਰ ਦੇਖੋ ਕਿੰਨਾ ਵਧੀਆ ਤਰੀਕੇ ਨਾਲ ਸਮਾਨ ਨਿਕਲ ਰਿਹਾ ਹੋ, ਜਿਵੇਂ ਮਰਜ਼ੀ ਤੁਸੀਂ ਆਪਣੇ ਸਾਰਾ ਚੂਜ਼ ਹੀ ਐਡਮਾਨ ਹੈ। ਇਹਦੀ ਕੁਆਂਟਿਟੀ 2-2, 3-3, 6-6 ਪੀਸ ਹਰੇ ਕਸਟਮਰ ਲੈ ਕੇ ਜਾ ਰਿਹਾ। ਜੇ ਆਪਾਂ ਗੱਲ ਕਰੀਏ ਮਿੰਨੀ ਬਿਊਟੀ ਸੈੱਟ ਦੀ, ਬਹੁਤ ਪਿਆਰਾ ਪੀਸ ਹੈਗਾ ਬੱਚੇ ਦਾ, ਪ੍ਰੋਪਰ ਫੰਕਸ਼ਨ ਆ ਜਾਣਗੇ, ਸਾਰੇ ਫੰਕਸ਼ਨ ਦੇ ਅਵੇਲੇਬਲ ਨੇ। ਜੇ ਗੱਲ ਕਰੀਏ ਬੱਚੇ ਦੇ ਮਿਰਰ ਸੈੱਟ ਦੀ, ਫਲਾਵਰ ਮਿਰਰ ਸੈੱਟ ਆ ਕੇ ਲੇਟੈਸਟ ਆਈਟਮ ਆ ਚੁੱਕੀ ਹੈ, ਬੱਚੇ ਦਾ ਪ੍ਰੋਪਰ ਸਾਰੇ ਮਟੀਰੀਅਲ ਜਿਹਨੂੰ ਆਪਾਂ ਕਰਨੇ ਆ, ਹਰੇਕ ਚੀਜ਼ ਅਵੇਲੇਬਲ ਹੈ। ਜੇ ਆਪਾਂ ਗੱਲ ਕਰੀਏ ਡਾਕਟਰ ਸੈੱਟ ਦੀ, ਇਹਨੇ ਵੀ ਕੁੜੀਆਂ ਲਈ ਕੁਛ, ਬੋਇਜ਼ ਦੀ ਵੀ ਬਹੁਤ ਕੁਛ ਅਵੇਲੇਬਲ ਹੈ, ਪ੍ਰੋਪਰ ਡਾਕਟਰ ਸੈੱਟ ਹੈ, ਵੀ ਲੱਗੇ ਟਰਾਲੀ ਬਣ ਜਾਏਗੀ। ਜਿਹਦੇ ਡਿਜ਼ਾਈਨਸ ਦੀ ਗੱਲ ਕਰਨੀ ਹੈ, ਛੋਟੇ ਵੱਡੇ ਹਰੇਕ ਰੇਂਜ ਸਾਡੇ ਕੋਲ ਅਵੇਲੇਬਲ ਹੈ। ਜੇ ਮਿਲਟਰੀ ਸੈੱਟ ਦੀ ਗੱਲ ਕਰੋ, ਬਹੁਤ ਪਿਆਰਾ ਪੀਸ ਆ ਚੁੱਕਿਆ, ਮਿਲਟਰੀ ਦੀ ਗਨਸ ਆ ਚੁੱਕੀਆਂ ਬੱਚੇ ਦੀਆਂ। ਅਗਰ ਪਿੱਛੇ ਰਾਊਂਡ ਆਫ ਦਾ ਅਗਰ ਰਿਵਿਊ ਮਾਰੀਏ,
गेम दे विच काफ़ी कुछ है अवेलेबल है या स्पैशली एक ऐसे डिजाइन कराए बच्चे दे ब्लैक बोर्ड हो गए फुटन दे मतलब मार्कर बोर्ड भी है और ब्लैक बोर्ड भी है इदा काफ़ी अच्छी चीज़ा है और रेंज अवेलेबल है। जो गल करिए ट्रैक्स की अगर प्रोफेसनल ट्रैक्स चल के ट्रेन इंजन ट्रैक्स चल रहे हैं काफ़ी कुछ इदा आ चुका है जी असं यूज़ करते रहने हैं। डॉल की देख सकते हो ऊपर कलैक्शन देखो डॉल की बेबी एंड मी ब्रांड है वन ऑफ द अच्छी आइटम डॉल्स आ चुकी है काफ़ी कुछ इदा सर को अवेलेबिलिटी हैगी है। सर बहुत यूनिक कलेक्शन इतने देखने को मिल रही है तो गल करिए कि दिवाली काफ़ी नज़दीक है दिवाली में लैके कलेक्शन के और की कुछ चीज़ा ऐड ऑन हुई पहले असं टॉयज़ में लैके जाते राइड ऑनस लैके जाते स्पैशली जो असं देखे कस्टमर की डिमांडिंग एंड बढ़ रही है स्पैशली मैं जमें चैनल वाले का मैं गो थ्रू होना चाहता भी शाम नगर गली नंबर जो स्टोर खुल चुका है असं एक चीज़ में बिलीव कर रहे हैं भी हरेक आइटम कस्टमर लिए होनी चाहिए है। जो हम अगले फेस्टिवल और दिवाली की गल करिए तो सब लैंप्स पुछ आए छोटे यूनीक लैंप सब छोटे शूज है 50 रुपये तो लैके 500 लैके 2000 तक की काफ़ी अच्छी कलेक्शन आ चुके हैं। असं हूँ स्कोर कर रहे हैं भी हरेक फेस्टिवल दिन अभी जो ज्वाइन है दुशहरा निकलिया टॉयज रखे रिटर्न भी हो चुके हैं। हम दिवाली करके अभी स्पैशल जो डिमांडिंग आइटम सी असं इन्ना कुछ लैके आ चुके हैं भी एक बार आकर तुम्हें वरायटी मिलेगी देखने क्वालिटी तो है ही है प्राइसिस भी है एक कलैक्शन लैन तो बाद वर्डिंग होगी आई लव किट टू किट सर जो देखा जाए इतने बाकी कलेक्शन तो देखने मिल रहे हैं इतने बड़े वे वे बॉक्सिस भी देखने मिल रहे हैं बॉक्सिस कहते हैं जो पैक जो डिस्पैच करते हैं पार्टी की मेन होलसेल में बहुत ज्यादा लैवल्स लैके जाते हैं बिलीव करते हैं पिछले देख नंबर ऑफ कार्टून पार्टियां पैक हो रहे कोई सारे पटियाले पार्टी है ज आउटसाइड की गल करिए बरेली जा रहा है पंजाब है हिमाचल है असं स्टेट्स प्रॉपरली सब कस्टमर कॉल आ रही है कि सारे बंद एक मिलकर मेरा नंबर सेव करो 9876838786 उस नंबर स्पैशली जगह कीवर्ड पाओ गुरु सारी प्लेलिस्ट नाल आएंगी लोकेशन लिखो लोकेशन आएंगे अपना नाम और नाम एड्रेस अपना टैग करो सानू असं तुहानू उहदे लई अपनी टीम तो कॉल करावांगे अच्छी ओपरचुनिटीज़ देवांगे बिजनेस दीआं जिहड़ा कस्टमर कहिंदा यार टॉय वाला कहिंदा मैं माल वेच रहा और एक फ्रिज वाला डीलर है साडा साइकिल वाला डीलरस है फर्नीचर वाला डीलर ने मैं सारे ओपरचुनिटी देना चाहता भी टॉयज की वरायटी जरूर रखो एक ना कि एक सैगमेंट बना के रखो तुहाडी वर्डिंग होएगी भी असं 1-2 लाख रुपए ना भी अच्छा मार्जन लै रहे हैं और अच्छा वर्क हो रहा है क्योंकि अज्ज दी मार्केट जो ट्रेंडिंग आइटमां ने असीं उहदे नाल जुड़े हां ते तुसीं साडे नाल जुड़न दी एक सपोर्ट करो। बिल्कुल ब्रांड किट टू किट बाय खुराना गिफ्ट सेंटर दी की खासियत है उस तो इलावा असं तुहानू तस्वीर दिखाने की किस तरीके नाल बहुत ही यूनीक जिहड़ी है इन्हां कोल कलेक्शन देखने मिलती है ह्यूज वैरायटी देखने मिलती है जिवें कि इस टाइम भी देख सकते हो फैमिली सूट जिहड़ा इत्थे देखने मिल रहा है वख-वख जिहड़ियां आइटम्स इस दे विच मौजूद ने उस तो इलावा जिथे भी नज़र घुमाओ एक सिरे तो लैके दूजे सिरे तक हर जिहड़ा है हर सिरे ते हर जगह तुहानू जिवें कि ड्रम सैट हो गए बाकी कलेक्शन देखा जाए एक्टिवा स्कूटर जो कि बच्चों नू बहुत ज़्यादा अट्रैक्ट करती है अपने वल गल करिए ब्रांड किट टू किट बाय खुराना गिफ्ट सेंटर एक ही छत के थले तुहानू मिलता है तो बिल्कुल वो तस्वीर असीं तुहानू दिखा रहे उस तो इलावा वख-वख जगह से जिथे भी नज़र घुमाई जाए फिर चाहे ड्रम सैट की गल हो कार कलेक्शन हो बबल कैमरा है तो ह्यूज वैरायटी जी है इतने ब्रांड किट टू किट बाय खुराना गिफ्ट सेंटर देखने को मिल रही है। उस तो इलावा फेस्टिव सीजन की शुरुआत हो चुकी है तो फेस्टिव सीजन शुरू होने के जिमें कि वख-वख स्टोर के वख-वख कलेक्शन जिहड़ियां ऐड ऑन होंदियां ठीक उस तरीके ब्रांड किट टू किट बाय खुराना गिफ्ट सेंटर विखे भी जिहड़े है बहुत सारी कलेक्शन के ऐड ऑन हुई ने चीज़ का बहुत यूनीक कलेक्शन तो उस तो इलावा जो आप गल करते हैं इन्हों की क्वालिटी को लैके बिल्कुल लोगों का ताई विश्वास बनया हुआ है तो एक बार तुम भी जरूर विजिट करके अपना एक्सपीरियंस शेयर करना ना भुल्यो। कैमरामैन सागर गागड़ के नाल मैं कल्पना मौर्या वेखते रहो द सिटी हैडलाइनस।